ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਮਨੋਰਥ ਨਾਲ ਟ੍ਰੀਪਲ ਅਟੈਂਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹਾ ਕਚਹਿਰੀ ਵਿੱਚ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਕਪੂਰਥਲਾ ਦੀ ਅਗਵਾਈ ਹੇਠ ਪੌਦੇ ਲਗਾਏ ਗਏ। ਇਸ ਮੁਹਿੰਮ ਤਹਿਤ ਜੁਡੀਸ਼ੀਅਲ ਕੰਪਲੈਕਸ ਵਿੱਚ 300 ਦੇ ਕਰੀਬ ਪੌਦੇ ਲਗਾਏ ਜਾਣਗੇ। ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਚੱਲਦੇ ਧਰਤੀ ਦੇ ਨੀਚੇ ਪਾਣੀ ਕਾਫ਼ੀ ਨੀਚੇ ਜਾ ਚੁੱਕਿਆ ਹੈ, ਜੋ ਕਿ ਸਾਡੀ ਆਉਣ ਲਈ ਪੀੜ੍ਹੀ ਦੇ ਵਾਸਤੇ ਖਤਰੇ ਦੀ ਘੰਟੀ ਹੈ। ਜੇਕਰ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਸਵੱਛ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇਹਨਾਂ ਰੁੱਖਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਸਾਹਿਬ ਨੇ ਅੱਜ ਤੋਂ ਮਹੀਨਾ ਕੁ ਪਹਿਲਾਂ ਹੀ ਸਾਨੂੰ, ਜਦੋਂ ਅਸੀਂ ਸਗੋਂ ਨਵੀਂ ਸਾਡੀ ਆਈ ਆ ਜੀ ਪ੍ਰਧਾਨਗੀ ਦੀ ਵਾਰੀ ਸੈਕਟਰੀ ਸਾਹਿਬ ਸਰ, ਉਦੋਂ ਦਾ ਸਾਨੂੰ ਕਹਿ ਰਹੇ ਆ ਜੀ ਵੀ ਆਪਾਂ ਬਾਹਰ ਦੇ ਵਿੱਚ ਬੂਟੇ ਲਾਉਣੇ ਆ ਜੀ। ਅਸੀਂ ਸਿਰਫ ਸਹੀ ਟਾਈਮ ਦੀ ਵੇਟ ਕਰ ਰਹੇ ਸੀ ਜੀ, ਹੁਣ ਬਰਸਾਤਾਂ ਦਾ ਟਾਈਮ ਆ ਗਿਆ, ਇਹ ਜੱਜ ਸਾਹਿਬ ਦੀ ਗਾਈਡੈਂਸ ਦੇ ਵਿੱਚ ਜਿੱਦਾਂ ਜੱਜ ਸਾਹਿਬ ਨੇ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਜੀ 250-300 ਬੂਟੇ ਲਾਈਏ ਜੀ। ਪਬਲਿਕ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ? ਪਬਲਿਕ ਵਾਸਤੇ ਇਹੋ ਹੀ ਮੈਸੇਜ ਆ ਵੀ ਗਰਮੀ ਬਹੁਤ ਆ, ਆਪਣਾ ਦੇਸ਼ ਆ, ਆਪਾਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਪਾਣੀ ਨੂੰ ਬਚਾਉਣਾ ਚਾਹੀਦਾ, ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਆ ਜੀ। ਜਿਹੜੀ ਰੇਨ ਇਰੀਗੇਸ਼ਨ ਆ ਜਾਂ ਰੇਨ ਦੇ ਵਾਟਰ ਦੇ ਅੱਗੇ ਉਹ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਜੀ, ਕੋਸ਼ਿਸ਼ ਕਰੀਏ ਸਾਡੀ ਇਸ ਕੰਪਲੈਕਸ ਦਾ ਸਾਰਾ ਪਾਣੀ ਜੀ ਬਿਲਕੁਲ ਬਾਹਰ ਨਹੀਂ ਜਾਂਦਾ, ਸਾਰੇ ਦਾ ਸਾਰਾ ਖੂਹੀਆਂ ਬਣੀਆਂ ਹੋਈਆਂ ਜੀ, ਸਾਰਾ ਪਾਣੀ ਥੱਲੇ ਜਾ ਰਿਹਾ ਜੀ। ਵਾਟਰ ਲੈਵਲ ਜਿਹੜਾ ਡਾਊਨ ਜਾ ਰਿਹਾ ਇਹ ਵੀ ਆਪਾਂ ਆਏਗਾ ਜੀ, ਬਿਲਕੁਲ ਆਏਗਾ ਜੀ, ਜੇ ਆਪਾਂ ਰੇਨ ਵਾਟਰ ਨੂੰ ਸਾਂਭਾਂਗੇ ਜੀ ਵਾਟਰ ਲੈਵਲ ਬਿਲਕੁਲ ਆਪਾਏਗਾ ਜੀ। ਵੱਲੋਂ ਅਤੇ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਸਹਿਯੋਗ ਦੇ ਨਾਲ ਸਾਂਝਾ ਉਪਰਾਲਾ ਕਰਕੇ ਅਸੀਂ ਜੁਡੀਸ਼ੀਅਲ ਕੰਪਲੈਕਸ ਕਪੂਰਥਲਾ ਵਿਖੇ ਪਲਾਂਟੇਸ਼ਨ ਸ਼ੁਰੂ ਕੀਤੀ ਹੈ। ਉਸ ਦੇ ਵਿੱਚ ਅਸੀਂ ਅੱਜ ਘੱਟੋ ਘੱਟ 50 ਕੁ ਬੂਟੇ ਲਗਾ ਦਿੱਤੇ ਆ ਅਤੇ ਅਸੀਂ ਜੋ ਟੀਚਾ ਰੱਖਿਆ ਅਸੀਂ ਕੋਸ਼ਿਸ਼ ਕਰਾਂਗੇ 200-300 ਬੂਟਾ ਲਗਾਵਾਂਗੇ ਖਾਲੀ ਜਗ੍ਹਾ ਦੇ ਵਿੱਚ। ਉਹਦੇ ਵਿੱਚ ਖਾਸੀਅਤ ਇਹ ਹੈ ਕਿ ਅਸੀਂ ਹਰ ਵਕੀਲ ਸਾਹਿਬ ਤੋਂ ਇੱਕ ਇੱਕ ਬੂਟਾ ਲਗਾਵਾਂਗੇ ਅਤੇ ਉਹਨਾਂ ਕੋਲੋਂ ਅਸੀਂ ਇਹ ਪ੍ਰਣ ਕਰਵਾਵਾਂਗੇ ਕਿ ਇਹ ਬੂਟੇ ਦੀ ਸੰਭਾਲ ਵੀ ਉਹ ਵਕੀਲ ਸਾਹਿਬ ਹੀ ਕਰਨਗੇ ਜਿਨ੍ਹਾਂ ਦੀ ਤਖਤੀ ਲੱਗੂਗੀ। ਆਫਟਰ ਦੈਟ ਜਿਹੜਾ ਬੂਟਾ ਜ਼ਿਆਦਾ ਫਲੇ ਫੁੱਲੇਗਾ ਉਹਨਾਂ ਨੂੰ ਕਿਸ ਤਰੀਕੇ ਨਾਲ ਸਨਮਾਨਿਤ ਵੀ ਕਰੋਗੇ? ਅਸੀਂ ਬਾਰ ਐਸੋਸੀਏਸ਼ਨ ਨੂੰ ਪ੍ਰਧਾਨ ਜੀ ਨੂੰ ਰਿਕੁਐਸਟ ਕਰਾਂਗੇ ਕਿ ਜਿਹੜੇ ਵੀ ਬੂਟੇ ਵਾਲੇ ਜ਼ਿਆਦਾ ਦੇਖਭਾਲ ਕਰਨਗੇ ਵਕੀਲ ਸਾਹਿਬਾਨ ਅਸੀਂ ਉਹਨਾਂ ਨੂੰ ਸਨਮਾਨਿਤ ਜ਼ਰੂਰ ਕਰਾਵਾਂਗੇ ਬਾਹਰ ਤੋਂ। ਸਰ ਪਬਲਿਕ ਨੂੰ ਇਸ ਇਸ਼ੂ ਤੋਂ ਮੋਟੀਵੇਟ ਕਰਨ ਵਾਸਤੇ ਕੀ ਮੈਸੇਜ ਦੇਣਾ? ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ, ਰਿਕੁਐਸਟ ਕਰਦਾ, ਕਿਉਂਕਿ ਮੌਸਮ ਅਸੀਂ ਅੱਜ ਵੀ ਦੇਖ ਰਹੇ ਕਿੰਨੀ ਗਰਮੀ ਹੈ ਅਤੇ ਹਾਲਾਤ ਮੌਸਮ ਦੇ ਬਹੁਤ ਬਦਲ ਰਹੇ ਆ, ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਠੀਕ ਕਰਨ 'ਚ ਸਹਿਯੋਗ ਕਰਨਾ ਚਾਹੀਦਾ ਹੈ।